ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਇਸ ਵਕਤ ਗਾਜ਼ੀਪੁਰ ਬਾਰਡਰ ਬੈਠੇ ਆ ਗਾਜ਼ੀਪੁਰ ਬਾਰਡਰ ਮੇਰੇ ਨਾਲ ਇਸ ਵਕਤ ਪੰਜਾਬੀ ਕਲਾਕਾਰ ਸਿੰਗਰ ਰਵਿੰਦਰ ਗਰੇਵਾਲ ਮੌਜੂਦ ਨੇ ਜੋ ਇਥੇ ਉੱਚੇ ਚੇਤ ਉਤਤੇ ਰਕੇਸ਼ ਤਕੈਤ ਹੋਰਾਂ ਦਾ ਸਨਮਾਨ ਦੇਣ ਆਏ ਨੇ ਉਹਨਾਂ ਨੂੰ ਉੱਥੇ ਪਹੁੰਚੇ ਨੇ ਕਿਉਂਕਿ ਜਿਸ ਤਰ੍ਹਾਂ ਮੁਰਤੋਂ ਇਸ ਗਾਜ਼ੀਪੁਰ ਬਾਰਡਰ ਚ ਜਾਣ ਪਈ ਹੈ ਇੱਥੇ ਜਿਹੜਾ ਜਨ ਸਹਿਲਾਬ ਉਹਨਾਂ ਦੇ ਅਥਰੂਆਂ ਨੇ ਲਿਆਇਆ ਉਸ ਤੋਂ ਬਾਅਦ ਉਹਨਾਂ ਦਾ ਸਤਿਕਾਰ ਕਰਨ ਦੇ ਲਈ ਪੂਰੇ ਪੰਜਾਬ ਦੀ ਤਰਫ ਤੋਂ ਇੱਥੇ ਪਹੁੰਚੇ ਨੇ ਤੇ ਸਟੇਜ ਤੋਂ ਵੀ ਉਹਨਾਂ ਦਸਨ ਮਾਨ ਕਰਕੇ ਆਏ ਨੇ ਤੇ ਉਹਨਾਂ ਦੇ ਲਈ ਇੱਕ ਗੀਤ ਵੀ ਲਿਖਿਆ ਹੈ ਗੀਤ ਗੱਲਾਂ ਤੋਂ ਬਾਅਦ ਆਖਿਰ ਦੇ ਵਿੱਚ ਤੁਹਾਨੂੰ ਸੁਣਾਵਾਂਗੇ ਪਹਿਲਾਂ ਗੱਲਾਂ ਕਰ ਲੈਂਦੇ ਆ ਸਰ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਲੱਗਦਾ ਤੁਸੀਂ ਪਹਿਲਾਂ ਇਸ ਬੋਰਡਰ ਤੇ ਆਏ ਹੋ ਨਹੀਂ ਮੈਂ ਪਹਿਲੀ ਵਾਰ ਆਇਆ ਹਾਂ ਜੀ ਕਿਸ ਤਰ੍ਹਾਂ ਦਾ ਜੀ ਮੈਂ ਬਾਕੀ ਬਾਰਡਰਾਂ ਦੀ ਗੱਲ ਕਰਾਂ ਤਾਂ ਇਸ ਬਾਰਡਰ ਤੇ ਜਿਹੜਾ ਉਤਸ਼ਾਹ ਹੈ ਪਹਿਲਾਂ ਤੁਹਾਨੂੰ ਨਿਊਜ਼ ਤਾਂ ਦੇਖਿਆ ਹੋਣਗੀਆਂ ਅਸੀਂ ਵੀ ਦੇਖ ਰਹੇ ਹਾਂ ਇਕੱਠ ਚੋਗਣਾ ਹੋ ਗਿਆ ਕਿੱਦਾਂ ਦਾ ਜਿਹੜਾ ਬਾਕੀ ਬਾਰਡਰਸ ਦੇ ਨਾਲ ਕਰ ਗਏ ਮੈਚ ਦੇਖੋ ਹੁਣ ਤਾਂ ਉਤਸ਼ਾਹ ਪੂਰਾ ਠਾਠਾ ਮਾਰਦਾ ਕਾਠਾ ਪਰ ਵਾਕਈ ਉਸ ਦਿਨ ਮੈਂ ਵੀ ਬਹੁਤ ਉਦਾਸ ਹੋਇਆ ਹਨਾ ਮੈਂ ਉਸੇ ਦਿਨ ਤੋਂ ਮੈਨੂੰ ਇਹ ਸੀ ਮੈਂ ਕਿੰਨੀ ਜਲਦੀ ਜਾਵਾਂ ਹਨਾ ਕਿਉਂਕਿ ਜੋ ਜੜੀਆਂ ਜਿਹੜੀ ਹਾ ਜਿਹੜੀ ਨਿਕਲੀ ਹੈ ਨਾ ਟਕੈਰ ਸਾਹਿਬ ਦੇ ਦਿਲ ਤੋਂ ਔਰ ਮੈਨੂੰ ਲੱਗਦਾ ਹਰੇਕ ਜਿਹੜਾ ਕਿਸਾਨ ਆ ਕਿਸਾਨੀ ਨੂੰ ਪਿਆਰ ਕਰਨ ਵਾਲਾ ਬੰਦਾ ਉਹ ਉਹਦੇ ਦਿਲ ਤੱਕ ਪਹੁੰਚੀ ਆ ਔਰ ਉਸੇ ਦਿਨ ਹੀ ਰਾਤ ਨੂੰ ਹੀ ਲੋਕਾਂ ਨੇ ਸ਼ਾਮ ਨੂੰ ਰਾਤੋਂ ਰਾਤ ਹੀ ਮੇਰੇ ਖਿਆਲ ਹਨਾ ਇੱਥੇ ਸਾਡੇ ਭਰਾ ਬਜ਼ੁਰਗ ਸਾਡੇ ਪਹੁੰਚੇ ਆ ਔਰ ਹੁਣ ਤੁਸੀਂ ਦੇਖੋ ਕਿਹਸਾ ਪਹਿਲਾਂ ਨਾਲੋਂ ਵੀ ਜ਼ਿਆਦਾ ਤਿੱਖੇ ਹੋ ਕੇ ਲੋਕ ਨਿਕਲੇ ਆ ਔਰ ਕਿਉਂਕਿ ਦੇਖੋ ਕੈਸਾ ਉਸ ਦਿਨ ਮਾਹੌਲ ਪਹਿਲਾਂ ਇਸ ਇਹ ਸਰਕਾਰ ਤਾਂ ਹੁਣ ਬਿਲਕੁਲ ਹੀ ਇਹਨਾਂ ਦੀਆਂ ਜਿਹੜੀਆਂ ਇਹ ਕੋਝੀਆਂ ਕੋਸ਼ਿਸ਼ਾਂ ਸੀਗੀਆਂ ਸਾਜ਼ਿਸ਼ਾਂ ਸੀਗੀਆਂ ਉਹਨਾਂ ਚ ਬੁਰੀ ਤਰ੍ਹਾਂ ਫੇਲ ਹੋਈ ਆ ਹਨਾ ਔਰ ਕਿਵੇਂ ਮਾਹੌਲ ਬਣਾ ਕੇ ਕਿ ਪਹਿਲਾਂ ਜੋ ਉਹਨਾਂ ਦੀ ਪਲੈਨਿੰਗ ਸੀ ਕਿ ਉਸੇ ਦਿਨ ਹੀ ਰਾਤ ਨੂੰ ਫਿਰ ਇਹਨੂੰ ਇਹ ਮੋਰਚੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਫਿਰ ਜੋ ਸਟੈਂਡ ਜੋ ਉਸ ਦਿਨ ਟਕੈਤ ਸਾਹਿਬ ਲੈ ਗਏ ਨਾ ਉਹ ਮੈਨੂੰ ਇਹ ਲੱਗਦਾ ਕਿ ਅੱਜ ਮੋਰਚਾ ਮਤਲਬ ਸਾਰੀ ਉਹਨਾਂ ਦੇ ਮੋਢਿਆਂ ਤੇ ਖੜਾ ਜੇ ਕਿਤੇ ਆਹ ਮੋਰਚਾ ਹਿੱਲ ਜਾਂਦਾ ਇੱਥੋਂ ਸੋ ਉਸ ਚੀਜ਼ ਲਈ ਬਹੁਤ ਸਤਿਕਾਰ ਆ ਤੋ ਉਹਨਾਂ ਦਾ ਕਿਉਂਕਿ ਉਹਨਾਂ ਨੇ ਖਾਸ ਤੌਰ ਤੇ ਸਰਦਾਰਾਂ ਲਈ ਪੰਜਾਬੀਆਂ ਲਈ ਉਹ ਸਟੈਂਡ ਲਿਆ ਕਿਵੇਂ ਇੱਥੇ ਉਹ ਮਤਲਬ ਸਾਰੇ ਗੁੰਡੇ ਆ ਕੇ ਔਰ ਉਹਨਾਂ ਨੇ ਮਾਹੌਲ ਬਣਾ ਲਿਆ ਸੀਗਾ ਔਰ ਕਟਬੱਡ ਕਰਨ ਦਾ ਜਾਂ ਕੀ ਉੱਥੇ ਕਹਿੋ ਜਾ ਇੱਥੇ ਉਹ ਬਣਾਉਣਾ ਚਾਹੁੰਦੇ ਸੀ ਹਨਾ ਕਿਉਂਕਿ ਪਹਿਲੇ ਦਿਨ ਤੋਂ ਹੀ ਇਹ ਸਰਕਾਰਾਂ ਨੂੰ ਆ ਕਿ ਇਹ ਹਿੰਦੂ ਸਿੱਖ ਬਣ ਜਵੇ ਹਨਾ ਆਮੋ ਸਾਹਮਣੇ ਹੋ ਜਾਣ ਭਾਈਚਾਰਕ ਸੰਜ ਜਿਹੜੀ ਇਸ ਮੋਰਚੇ ਨੇ ਬਣਾਈਆ ਉਹ ਖਤਮ ਹੋ ਜਵੇ ਔਰ ਜਦੋਂ ਆਪਸ ਚ ਲੜਨੇ ਲੜਨ ਲੱਗ ਜਾਣਗੇ ਤਾਂ ਮੋਰਚਾ ਤਾਂ ਆਪੇ ਹੀ ਫਿਰ ਵਿਚੇ ਹੀ ਖੰਡ ਜਾਣਾ ਤਾਂ ਉਸੇ ਦਿਨ ਵੀ ਇਹੀ ਪਲੈਨਿੰਗ ਸੀ ਪਰ ਉਹ ਬਹੁਤ ਮੌਕੇ ਤੇ ਹਨਾ ਟਕੈਤ ਸਾਹਿਬ ਨੂੰ ਜਿਹੜੀ ਪਰਮਾਤਮਾ ਦੀ ਬਖਸ਼ਿਸ਼ ਹੋਈ ਔਰ ਮੈਨੂੰ ਤੁਸੀਂ ਇਹ ਦੇਖੋ ਇਹਦੇ ਤੇ ਮੇਰ ਕਿੱਡੀ ਆ ਜਾਂ ਕੈਸੀਆਂ ਕਰਾਮਾਤਾਂ ਇਸ ਮੋਰਚੇ 'ਚ ਹੋ ਰਹੀਆਂ ਕਿ ਜੇ ਮੈਂ ਆਪਣੀ ਨਜ਼ਰ ਨਾਲ ਦੇਖਦਾ ਤਾਂ ਇੱਥੇ ਕਦੇ ਕੋਈ ਲੀਡਰ ਤੁਹਾਨੂੰ ਵੱਡਾ ਲੱਗਦਾ ਕਦੇ ਲੱਗਦਾ ਇਹਦੇ ਸਿਰ ਤੇ ਮੂਰਚੇ ਦਾ ਭਾਰ ਆ ਇਹ ਚੱਕੀ ਫਿਰਦਾ ਤਾਂ ਫਿਰ ਦੂਜਾ ਆ ਜਾਂਦਾ ਫਿਰ ਉਹ ਉਹ ਇਹ ਜਿਹੜੀ ਜਿਹੜਾ ਮਾਨ ਆ ਇਹ ਇਹ ਪੰਜਾਬੀਆਂ ਵਾਲਾ ਇਹ ਕੈਤ ਸਾਹਿਬ ਨੂੰ ਦੇਣਾ ਸੀ ਪ੍ਰਮਾਤਮਾ ਨੇ ਔਰ ਜੋ ਉਸ ਦਿਨ ਉਹ ਸਟੈਂਡ ਲੈ ਗਏ ਹਨਾ ਹੁਣ ਮੈਨੂੰ ਲੱਗਦਾ ਜੋ ਇਹਨਾਂ ਦਾ ਜਿਹੜਾ ਨਾਂ ਹੈ ਉਹ ਸੁਨਹਿਰੇ ਅੱਖਰਾਂ ਚ ਲਿਖਿਆ ਗਿਆ ਔਰ ਪੰਜਾਬੀਆਂ ਦੇ ਦਿਲਾਂ ਚੋਂ ਉਹ ਕਦੇ ਮਿਟੂਗਾ ਨਹੀਂ ਔਰ ਅਸੀਂ ਤਾਂ ਬਹੁਤ ਇੱਜ਼ਤ ਬਹੁਤ ਮਤਲਬ ਸਤਕਾਰ ਦੇਣ ਵਾਲੇ ਲੋਕ ਆ ਜੇ ਕੋਈ ਸਾਡੇ ਲਈ ਪਾਣੀ ਦਾ ਗਲਾਸ ਢੋਲ ਢੋਲਦਾ ਤਾਂ ਅਸੀਂ ਤਾਂ ਉੱਥੇ ਫਿਰ ਦੁੱਧ ਦਾ ਬਲਟੂਆ ਢੋਲ ਦਿੰਨੇ ਆ ਉਹਦੇ ਬਰਾਬਰ ਸੋ ਹੁਣ ਸਾਡਾ ਫਰਜ਼ ਬਣਦਾ ਜਦੋਂ ਉਹਨਾਂ ਨੇ ਸਾਡੇ ਲਈ ਸਟੈਂਡ ਲਿਆ ਤਾਂ ਅਸੀਂ ਵੀ ਕਿਉਂਕਿ ਦੇਖੋ ਤਾਦੇ ਲਈ ਅਸੀਂ ਐਵੇਂ ਜਾਤਾਂ ਪਾਤਾਂ ਚ ਹਨਾ ਜਾਂ ਧਰਮਾਂ ਦੇ ਵਿੱਚ ਲੜੇ ਲੜੀ ਜਾਂਦੇ ਆ ਇੱਕ ਦੂਏ ਨੂੰ ਅੱਜ ਟਕੈਤ ਸਾਹਿਬ ਦੇ ਪੱਗ ਬੰਨੀ ਕਿ ਅਸੀਂ ਜੱਜ ਦੀ ਸੀ ਕੋਈ ਫਰਕ ਲੱਗਦਾ ਹਨਾ ਉਹੋ ਜਿਹਾ ਹੀ ਰੰਗ ਆ ਉਹੋ ਜਿਹਾ ਹੀ ਖੂਨ ਦਾ ਰੰਗ ਆ ਸੋ ਮਾਨਵਤਾ ਤੋਂ ਵੱਡਾ ਕੋਈ ਧਰਮ ਨਹੀਂ ਹਨਾ ਜਿਹੜਾ ਭਾਈਚਾਰਕ ਸਾਂਝ ਆ ਜੋ ਇਸ ਮੋਰਚੇ ਨੇ ਕਾਇਮ ਕੀਤੀ ਆ ਉਹਨੂੰ ਸਾਨੂੰ ਕਿਸੇ ਵੀ ਹੱਦ ਤੇ ਟੁੱਟਣ ਨਹੀਂ ਦੇਣਾ ਚਾਹੀਦਾ ਕਿਉਂਕਿ ਇਹ ਸਰਕਾਰਾਂ ਨੇ ਤਾਂ ਹਮੇਸ਼ਾ ਕੋਸ਼ਿਸ਼ ਇਹ ਕੀਤੀ ਆ ਕਿ ਲੋਕਾਂ ਨੂੰ ਆਪਸ ਵਿੱਚ ਵੰਡ ਕੇ ਰੱਖੋ ਪਹਿਲਾਂ ਹਰਿਆਣੇ ਨੂੰ ਪੰਜਾਬ ਤੋਂ ਵੱਖ ਕਰਕੇ ਰੱਖਿਆ ਕਿ ਆਪਸ ਵਿੱਚ ਲੜੀ ਜਾਣ ਹਨਾ ਤਾਂ ਹੁਣ ਦੇਖੋ ਪਹਿਲਾਂ ਹਰਿਆਣਾ ਜੁੜਿਆ ਸੋ ਹੁਣ ਹੁਣ ਯੂਪੀ ਵੀ ਪੰਜਾਬ ਹੀ ਲੱਗਦਾ ਹੁਣ ਸਾਰੇ ਹੋਰ ਇਹ ਜੱਫੀਆਂ ਵਧੀ ਜਾਂਦੀਆਂ ਹਨਾ ਮੈਨੂੰ ਤਾਂ ਇਹ ਲੱਗਦਾ ਕਿ ਜਿਉਂ-ਜਿਉਂ ਇਹ ਮਤਲਬ ਇਹਨਾਂ ਨੂੰ ਹਲੇ ਸਮਝ ਨਹੀਂ ਆ ਰਹੀ ਇਹ ਜਿੰਨਾ ਹੋਰ ਲੇਟ ਕਰਨਗੇ ਤੇ ਉਹਨਾਂ ਇਹਨਾਂ ਨੂੰ ਹੋਰ ਮੁਸ਼ਕਲ ਹੋਊਗਾ ਗਰੇਵਲ ਸਾਹਿਬ ਜੀ ਮੈਂ ਗੱਲ ਕਰਾਂ ਕਲਾਕਾਰਾਂ ਦੀ ਇਆ ਫਿਰ ਕੁਝ ਇਹੀ ਆ ਇਸ ਵਕਤ ਅਸੀਂ ਯੂਨਾਈਟਿਡ ਸੇ ਇਕੱਠੇ ਬੈਠੇ ਆ ਜਿਹੀਆਂ ਹੋਰ ਵੀ ਸੰਸਥਾਵਾਂ ਨੇ ਯੂਨਾਈਟਿਡ ਸੇ ਇਕੱਠੇ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦੇ ਨਾਲ ਖੜੀ ਹੈ ਕਲਾਕਾਰਾਂ ਦਾ ਵੀ ਬਹੁਤ ਅਹਿਮ ਰੋਲ ਰਿਹਾ ਹੈ ਇਸ ਸ਼ੁਰੂਆਤ ਦੇ ਵਿੱਚ ਜੇ ਮੈਂ ਗੱਲ ਕਰਾਂ ਸ਼ੁਰੂਆਤ ਦੇ ਵਿੱਚ ਕਿਸ ਤਰ੍ਹਾਂ ਕਲਾਕਾਰ ਇਕੱਠੇ ਹੋ ਕੇ ਜਿਹੜਾ ਨੌਜਵਾਨਾਂ ਨੂੰ ਨਾਲ ਜੋੜਦੇ ਨੇ ਸੋ ਇਸ ਭੂਮਿਕਾ ਨੂੰ ਕਲਾਕਾਰਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਕਿ ਅੱਗੇ ਜਿਹੜੀ ਕਲਾਕਾਰਾਂ ਦੀ ਕਿਸਾਨੀ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਕੀ ਭੂਮਿਕਾ ਰਹੂਗੀ ਤੁਹਾਡੇ ਮੁਤਾਬਕ ਮੈਂ ਤਾਂ ਇਹੀ ਕਹਿਣਾ ਦੇਖੋ ਜੀ ਸਾਨੂੰ ਕਦੇ ਵੀ ਜੋਸ਼ ਦੇ ਵਿੱਚ ਹੋਸ਼ ਨਹੀਂ ਹੋਣੀ ਚਾਹੀਦੀ ਗੱਲਾਂ 'ਚ ਬਹੁਤ ਕੁਝ ਹੁੰਦਾ ਜਿਵੇਂ ਅਗਲਾ ਕਹਿੰਦਾ ਜੀ ਪਹਿਲਾਂ ਤੁਸੀਂ ਉਹ ਚੱਕਦੇ ਚੱਕਦੇ ਕਰਦੇ ਹੋ ਮੁੜ ਕੇ ਫਿਰ ਕਹਿੰਦੇ ਹੋ ਚੱਕ ਕਿਉਂ ਦਿੱਤਾ ਹਨਾ ਉਹ ਉਹ ਚੱਕਦੇ ਇਹ ਨਹੀਂ ਮਤਲਬ ਗਾਣਿਆਂ ਦੇ ਵਿੱਚ ਤਾਂ ਬਹੁਤ ਗੱਲਾਂ ਹੁੰਦੀਆਂ ਕਿ ਮੈਂ ਅਸੀਂ ਦਾ ਇਦਾਂ ਹਨਾ ਵੜ ਦਿੰਨੇ ਆ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜਦੀ ਵੱਡਣ ਤੁਰ ਪੈਣਾ ਉਹ ਹੁੰਦਾ ਕਿ ਭਾਸ਼ਣ ਨਹੀਂ ਦਿੰਦੇ ਹੁੰਦੇ ਜਿਵੇਂ ਇੱਕ ਤਿਆਰ ਕਰਨ ਵਾਲਾ ਲੈਕਚਰ ਕਰਨ ਵਾਲਾ ਵੀ ਪੜਦੇ ਆਗੇ ਉਹ ਸਾਹਮਣੇ ਵਾਲੇ ਨੂੰ ਡਰਾਉਣ ਵਾਲੀ ਗੱਲ ਹੁੰਦੀ ਹੈ ਵੀ ਅਸੀਂ ਐਂ ਕਰ ਸਕਦੇ ਆ ਪਰ ਉਹ ਜਦੋਂ ਤੱਕ ਉਹ ਨੌਬਤ ਨਾ ਆਵੇ ਹੈ ਨਾ ਜਿੰਨਾ ਚਿਰ ਉਹ ਸੰਘਰਸ਼ ਸਾਡਾ ਚੰਗਾ ਭਲਾ ਚੱਲ ਰਿਹਾ ਸ਼ਾਂਤਮਈ ਔਰ ਸਾਨੂੰ ਲੀਡਰਾਂ ਦੇ ਨਾਲ ਹੀ ਲੱਗ ਕੇ ਤੁਰਨਾ ਚਾਹੀਦਾ ਔਰ ਜਿੰਨਾ ਚਿਰ ਇਹ ਸੰਘਰਸ਼ ਪਹਿਲੇ ਦਿਨ ਤੋਂ ਲੀਡਰ ਸਾਨੂੰ ਕਹੀ ਜਾਂਦੇ ਸੀ ਕਿ ਜਿੰਨੀ ਦੇਰ ਇਹ ਸ਼ਾਂਤੀ ਦੇ ਨਾਲ ਚੱਲ ਰਿਹਾ ਸਰਕਾਰ ਕੋਲੇ ਕੋਈ ਸਾਨੂੰ ਇਹ ਸੰਘਰਸ਼ ਨੂੰ ਖਤਮ ਕਰਨ ਦੀ ਕੋਈ ਤਰਕੀਬ ਹੀ ਨਹੀਂ ਹੈ ਕਿ ਕਿਵੇਂ ਜਿਹੜੇ ਬੰਦੇ ਆਰਾਮ ਨਾਲ ਬੈਠੇ ਆ ਕਿਸੇ ਨੂੰ ਕੁਝ ਕਹਿ ਨਹੀਂ ਰਹੇ ਉਹਨਾਂ ਨੂੰ ਕਿਵੇਂ ਤੁਸੀਂ ਠਾੜ ਲੋਗੇ ਔਰ ਸ਼ਾਂਤੀਪੂਰਵਕ ਸਾਡਾ ਮੋਰਚਾ ਲਾਉਣ ਦਾ ਧਰਨਾ ਲਾਉਣ ਦਾ ਸਾਡਾ ਹੱਕ ਆ ਅਨਾ ਸਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ ਔਰ ਜਦੋਂ ਅਸੀਂ ਥੋੜਾ ਜਿਹਾ ਦੂਜੇ ਪਾਸੇ ਨੂੰ ਹਲਕਾ ਜਿਹਾ ਪੈਰ ਫਿਸਲਿਆ ਸਰਕਾਰ ਨੇ ਕਰਵਾਇਆ ਸਾਰਾ ਕੁਝ ਤੇ ਉਹਨਾਂ ਨੇ ਕੈਸਾ ਮਾਹੌਲ ਬਣਾ ਲਿਆ ਸੀ ਦੋ ਤਿੰਨ ਦਿਨ ਲਈ ਕਿਵੇਂ ਇੱਕ ਇਹਨ ਖੰਡਾਉਣ ਤੇ ਆ ਕਰਤਾ ਸੀ ਸਾਡੇ ਸੰਘਰਸ਼ ਨੂੰ ਤੋਂ ਉਹ ਕਿੰਨੇ ਦਿਨ ਲੱਗੇ ਉਹਨੂੰ ਦੁਬਾਰੇ ਫੇਰ ਪੈਰਾਂ ਤੇ ਹੋਣ ਨੂੰ ਸੋ ਪਰ ਪ੍ਰਮਾਤਮਾ ਦੀ ਬਹੁਤ ਮਿਹਰ ਆ ਫੇਰ ਵੀ ਇਹ ਇਹ ਤਾਂ ਮੈਂ ਸਮਝਦਾ ਇਹ ਸੰਘਰਸ਼ ਆਪ ਕਰਤਾਰ ਹੀ ਲੜ ਰਿਹਾ ਬਸ ਘਰੇਵਾਲ ਸਾਹਿਬ ਜੀ ਮੈਂ ਗੱਲ ਕਰਾਂ ਇਤਿਹਾਸ ਤੇ ਨਜ਼ਰ ਮਾਰੀਏ ਜਦੋਂ ਕੋਈ ਅੰਦੋਲਨ ਹੁੰਦੇ ਨੇ ਉਹ ਪੜਾਦਰ ਪੜਾ ਅੱਗੇ ਵਧਦੇ ਨੇ ਤੇ ਇੱਕ ਪੜਾ ਤੇ ਜਾ ਕੇ ਜਿਹੜਾ ਕਮਜ਼ੋਰ ਹੋ ਜਾਂਦਾ ਹੈ ਮੋਰਚਾ ਤੇ ਫਿਰ ਖਤਮ ਹੋ ਜਾਂਦਾ ਹੈ ਇਸੇ ਮੋਰਚੇ ਦੀ ਜੇ ਆਪਾਂ ਗੱਲ ਕਰੀਏ ਬੜੀ ਮਜ਼ਬੂਤੀ ਦੇ ਨਾਲ ਚੱਲ ਰਿਹਾ ਸੀ ਇੱਕ ਪੜਾ ਹੁੰਦਾ ਹੈ 26 ਤਰੀਕ ਵਾਲਾ ਉਸ ਤੋਂ ਬਾਅਦ ਤੁਸੀਂ ਵੀ ਮਹਿਸੂਸ ਕੀਤਾ ਹੋਊਗਾ ਕਿ ਹੁਣ ਤਾਂ ਸ਼ਾਇਦ ਮੋਰਚਾ ਖਤਮ ਹੋ ਜੂਗਾ ਪਰ ਅੱਜ ਕਿਸ ਤਰ੍ਹਾਂ ਦੇਖਦੇ ਹਾਂ ਇਸ ਮੋਰਚੇ ਨੂੰ ਕਿ ਦੁਬਾਰਾ ਮਜ਼ਬੂਤ ਹੋਇਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਇਹਦੀ ਰੂਪਰੇਖਾ ਹੋਊਗੀ ਦੇਖੋ ਮੈਂ 2 ਦਿਨ ਸੱਚੀ ਬਹੁਤ ਅਫਸਰਟ ਰਿਆਂ ਜਿੰਨੀ ਦੇਰ ਆ ਹੁਣ ਮੈਂ ਮਤਲਬ ਹੁਣ ਮੈਂ ਹੌਸਲੇ ਚ ਦੁਬਾਰਾ ਜਿੱਦਣ ਇਹ ਦੁਬਾਰਾ ਖਬਰਾਂ ਆ ਗਈਆਂ ਕਿ ਨਹੀਂ ਜੀ ਪੂਰਾ ਸਭ ਠੀਕ ਆ ਔਰ ਉਦੋਂ ਟਕੈਤ ਸਾਹਿਬ ਦੀ ਵੀਡੀਓ ਦੇਖ ਲਈ ਤੋ ਉਹ ਲੱਗਣ ਲੱਗਿਆ ਸੀ ਕਿ ਸਰਕਾਰ ਜੋ ਚਾਹੁੰਦੀ ਸੀ ਕਿਤੇ ਨਾ ਕਿਤੇ ਕਾਮਯਾਬ ਹੋ ਗਏ ਉਸ ਚੀਜ਼ ਹਨਾ ਇਹ ਇਹੋ ਜਿਹਾ ਮਾਹੌਲ ਹੀ ਬਣਾਉਣਾ ਚਾਹੁੰਦੇ ਸੀ ਔਰ ਉਸ ਤੋਂ ਬਾਅਦ ਹੁਣ ਹੁਣ ਤਾਂ ਚਲੋ ਆਪਣੇ ਵੱਲੋਂ ਕੋਸ਼ਿਸ਼ਾਂ ਆਂ ਹਰਿਆਣੇ ਦੇ ਵਿੱਚ ਲੰਗਰ ਚਕਾਉਣ ਦੀ ਕੋਸ਼ਿਸ਼ ਕੀਤੀ ਗਈ ਜਗਾ ਜਗਾ ਤੇ ਟੋਲ ਖਲਵਾਉਣ ਦੀ ਕੋਸ਼ਿਸ਼ ਕੀਤੀ ਗਈ ਫੋਰਸ ਲਾ ਕੇ ਤੋ ਕੱਲ ਉੱਥੇ 100 150 ਬੰਦਾ ਸਿੰਘੂ ਭੇਜਿਆ ਗਿਆ ਜਿਹੜੇ ਬੱਟੇ ਮਾਰਦੇ ਆ ਪੁਲਿਸ ਨੇ ਕੋਲੇ ਖੜ ਕੇ ਪਥਰਾਓ ਕਰਾਇਆ ਹਨਾ ਸਾਡੇ ਮੁੰਡਿਆਂ ਦੇ ਸੱਟਾਂ ਮਾਰੀਆਂ ਤੋ ਹੁਣੇ ਤਾਂ ਪਰ ਅਸੀਂ ਜਿਹੜਾ ਮੇਨ ਜਿਹੜੀ ਇਹਨਾਂ ਦੀ ਵੱਡੀ ਸਾਜ਼ਿਸ਼ ਸੀ ਉਹਦੇ ਚੋਂ ਅਸੀਂ ਨਿਕਲ ਨਿਕਲ ਚੁੱਕੇ ਹਾਂ ਸੋ ਹੁਣ ਤਾਂ ਇਹ ਸਰਕਾਰ ਨੂੰ ਸਮਝਣਾ ਚਾਹੀਦਾ ਕਿ ਦਰਿਆਵਾਂ ਨੂੰ ਬੰਦ ਨਹੀਂ ਲੱਗਦੇ ਹੁੰਦੇ ਸੋ ਹੁਣ ਇਹ ਤਾਂ ਹੋਰ ਠਾਠਾ ਮਾਰਦਾ ਹਨਾ ਇਕੱਠ ਜਿਹੜਾ ਉਦੋਂ ਵੱਧ ਕੇ ਆਊਗਾ ਔਰ ਉਦੋਂ ਹੁਣ ਜਿਹੜਾ ਉਹ ਉਹਨਾਂ ਵਾਲਾ ਤਾਂ ਜਿਹੜਾ ਫਾਰਮੂਲਾ ਸੀ ਉਹ ਤਾਂ ਚੱਲਿਆ ਨਹੀਂ ਉਹ ਤਾਂ ਹੋ ਗਿਆ ਫੇਲ ਸੋ ਪਰ ਹੁਣ ਲੋਕ ਤਿੱਖੇ ਹੋ ਕੇ ਨਿਕਲਣਗੇ ਸੰਘਰਸ਼ ਹੋਰ ਤਿੱਖਾ ਹੋ ਜਾਣਾ ਤੋਂ ਇਸ ਕਰਕੇ ਹੁਣ ਮੈਂ ਤਾਂ ਸਾਡੇ ਜਿਹੜੇ ਨੌਜਵਾਨਾਂ ਚਾਹੇ ਉਹ ਹਰਿਆਣੇ ਦੇ ਆ ਚਾਹੇ ਯੂਪੀ ਦੇ ਆ ਚਾਹੇ ਪੰਜਾਬ ਦੇ ਆ ਜਿੱਥੋਂ ਜਿੱਥੋਂ ਵੀ ਅਗਰ ਤੁਸੀਂ ਕਿਸਾਨੀ ਨੂੰ ਪਿਆਰ ਕਰਦੇ ਹੋ ਹਨਾ ਕਿਸਾਨਾਂ ਦੇ ਨਾਲੋਂ ਤਾਂ ਅੱਜ ਇਸ ਮੋਰਚੇ ਨੂੰ ਤੁਹਾਡੀ ਲੋੜ ਆ ਨਿਕਲ ਕੇ ਆਓ ਔਰ ਆਪਣੇ ਲੀਡਰਾਂ ਦਾ ਸਾਥ ਦਿਓ ਗਰੇਵਾਲ ਸਾਹਿਬ ਇੱਕ ਸਵਾਲ ਜਦੋਂ ਵੀ ਮੈਨੂੰ ਕੋਈ ਸੂਝਵਾਨ ਬੰਦਾ ਮਿਲਦਾ ਮੈਂ ਉਹਨੂੰ ਇਹ ਸਵਾਲ ਜ਼ਰੂਰ ਕਰਦਾ ਤੁਸੀਂ ਤਾਂ ਖੇਤੀ ਦੇ ਨਾਲ ਸੰਬੰਧ ਵੀ ਰੱਖਦੇ ਹੋ ਇੱਕ ਸਵਾਲ ਹੈ ਊਜਮਨ ਸਮਝਦੇ ਤੁਸੀਂ ਸੋ ਸਵਾਲ ਇਹ ਜਿਹਨੂੰ ਨਹੀਂ ਕਰਦੇ ਨਹੀਂ ਨਹੀਂ ਕਈ ਵਾਰ ਜਿਹੜੇ ਆਮ ਨਹੀਂ ਇੰਨੀ ਆਪਣੀ ਚੇਤਨਾ ਰੱਖਦੇ ਉਹਨਾਂ ਤੋਂ ਇਹ ਨਹੀਂ ਸਵਾਲ ਬਣਦਾ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਜੇ ਆਪਾਂ ਪਹਿਲਾਂ ਦੀ ਗੱਲ ਕਰੀਏ ਇਸ ਕਾਨੂੰਨ ਆਉਣ ਤੋਂ ਪਹਿਲਾਂ ਕਿਸਾਨ ਉਦੋਂ ਵੀ ਆਤਮ ਹੱਤਿਆ ਕਰ ਰਹੇ ਸੀਗੇ ਮੰਨ ਲੀਏ ਇਹ ਕਾਨੂੰਨ ਆਉਣ ਵਾਲੇ ਦਿਨਾਂ ਦੇ ਵਿੱਚ ਰੱਦ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਕੀ ਖੇਤੀ ਦਾ ਜਿਹੜੀ ਆਪਣੀ ਉਹ ਪਹਿਲਾਂ ਵੀ ਉਹ ਉਹਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਜਾਣ ਲਈਏ ਕੀ ਕੁਝ ਹੋਣਾ ਚਾਹੀਦਾ ਹੈ ਕਿਸਾਨਾਂ ਆਗੂਆਂ ਨੂੰ ਉਸ ਤੋਂ ਬਾਅਦ ਵੀ ਕੋਈ ਲਾਮਬੰਦ ਕਰਨਾ ਚਾਹੀਦਾ ਹੈ ਕੋਈ ਜਿਹੜੀਆਂ ਸਕੀਮਾਂ ਬਣਾਨੀਆਂ ਚਾਹੀਦੀਆਂ ਨੇ ਕਿ ਕਿ ਕਿਹੜਾ ਖੇਤਰ ਜਾਂ ਕਿਹੜਾ ਏਰੀਆ ਨੂੰ ਇਹ ਫਸਲ ਉਗਾਣੀ ਚਾਹੀਦੀ ਹੈ ਸਾਡੀਆਂ ਯੂਨੀਵਰਸਿਟੀਆਂ ਨੇ ਐਗਰੀਕਲਚਰ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਵੀ ਆਪਣੀ ਜਿਹੜੀ ਭੂਮਿਕਾ ਹੈ ਉਹ ਚੰਗੇ ਤਰੀਕੇ ਨਾਲ ਨਿਭਾਣੀ ਚਾਹੀਦੀ ਹੈ ਸੋ ਉਸ ਤੋਂ ਬਾਅਦ ਕੀ ਹੋਣਾ ਜੇ ਤਾਂ ਚਲੋ ਇਹ ਰੱਦ ਹੋ ਗਏ ਉਸ ਤੋਂ ਪਹਿਲਾਂ ਵੀ ਨਹੀਂ ਕੋਈ ਕਿਸਾਨੀ ਜੇ ਆਪਾਂ ਗੱਲ ਕਰੀਏ ਵੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਸੀ ਠੀਕ ਸੀ ਹਾਂ ਆਨਲਿਤੀ ਦਿਨਾਂ ਦੇ ਵਿੱਚ ਇਹਨੂੰ ਚੜ੍ਹਦੀ ਕਲਾ ਦੇ ਵਿੱਚ ਕਰਨ ਦੇ ਲਈ ਕੀ ਕਰਨਾ ਚਾਹੀਦਾ ਦੇਖੋ ਪਹਿਲੀ ਗੱਲ ਤਾਂ ਸਮਝਣ ਦੀ ਇਹ ਲੋੜ ਆ ਕਿ ਜਿਹੜਾ ਇਹ ਰੋਸ ਆ ਨਾ ਜਿਹੜਾ ਐਡਾ ਵੱਡਾ ਧਰਨਾ ਚੱਲ ਰਿਹਾ ਇਹ ਕੱਲਾ ਇਹ ਤਿੰਨ ਕਾਨੂੰਨਾਂ ਦੀ ਦੇਣ ਨਹੀਂ ਹੈਗਾ ਹਨਾ ਇਹ ਤਾਂ ਉਹ ਹੁੰਦਾ ਨਹੀਂ ਵੀ ਹੌਲੀ 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 ਭਾਰ ਵੱਧ ਗਿਆ ਵੱਧ ਗਿਆ ਤੁਸੀਂ ਇੱਕ ਬੰਦਾ ਦਬ ਰਿਹਾ ਉਹਨੂੰ ਦਬਾਈ ਜਾ ਰਹੇ ਹਾਂ ਹੋਰ ਦਬਾਈ ਜਾ ਰਹੇ ਹਾਂ ਇਹ ਪਾਲਸੀਆਂ ਸਰਕਾਰਾਂ ਦੀਆਂ ਪਹਿਲੇ ਦਿਨ ਤੋਂ ਹੀ ਕਿਸਾਨਾਂ ਲਈ ਚੰਗੀਆਂ ਨਹੀਂ ਰਹੀਆਂ ਹਣਾ ਕਿਸੇ ਚੀਜ਼ ਨੂੰ ਸਹੀ ਤਰੀਕੇ ਦੇ ਨਾਲ ਜਦੋਂ ਆਪਾਂ ਦੇਖਦੇ ਆਂ ਜਦੋਂ ਉਹਦੇ ਵਿੱਚ ਵੜ ਕੇ ਦੇਖਦੇ ਆਂ ਤਾਂ ਲੱਗਦਾ ਇਹ ਆਪ ਹੀ ਨਹੀਂ ਮਕਾਉਣਾ ਚਾਹੁੰਦੇ ਹਣਾ ਜੇ ਇਹ ਕਹਿੰਦੇ ਆ ਵੀ ਜੀ ਝੋਨੇ ਦਾ ਪਾਣੀ ਥੱਲੇ ਜਾ ਰਿਹਾ ਜੀ ਝੋਨਾ ਨਾਲ ਵੀ ਜੋਜੀ ਝੋਨੇ ਦੀ ਨਾਲ ਪਾਣੀ ਦੀ ਬਰਬਾਦੀ ਹੁੰਦੀ ਆ ਬਾਅਦ ਚ ਪੋਲਿਊਸ਼ਨ ਵੀ ਹੁੰਦਾ ਜੀ ਇਹਦੀ ਇੰਨੀ ਜ਼ਰੂਰਤ ਨਹੀਂ ਹੈ ਚਲੋ ਨਾ ਬੀਜਣ ਠੀਕ ਆ ਉਹਦਾ ਬਦਲ ਆ ਮੱਕੀ ਬੀਜ ਲੈਂਦੇ ਆ ਤੂੰ ਮੱਕੀ ਐਮਐਸਪੀ ਉਹਦੇ ਰੇਟ ਤੇ ਨਹੀਂ ਵਿਕਦੀ ਫਸਲਾਂ ਤੁਸੀਂ ਦੋ ਹੀ ਚੱਕ ਰਹੇ ਹੋ ਉਸ ਰੇਟ ਤੇ ਜਿਹਦੇ ਚ ਹੁਣ ਇਹਨੂੰ ਵੀ ਖਤਮ ਕਰਨ ਤੁਰਪੇ ਸੀਗੇ ਤੋ ਜੇ ਤੁਸੀਂ ਬढ़ावा ਦੇਣਾ ਚਾਹੁੰਦੇ ਹੋ ਹੋਰ ਫਸਲਾਂ ਨੂੰ ਤਾਂ ਉਹਦੇ ਤੇ ਤੁਸੀਂ ਉਹਨੂੰ ਉਹ ਜੇ ਕਿਸੇ ਨੇ ਬਿਜਲੀ ਜੇ ਕੋਈ ਬਦਲ ਲੈ ਕੇ ਆ ਰਿਹਾ ਤਾਂ ਉਹਦੀਆਂ ਮੰਡੀਆਂ ਦਾ ਪੈਦਾ ਕਰੋ ਨਾ ਉਹਨੂੰ ਉਸ ਰੇਟ ਤੇ ਚੱਕੋ ਤਾਂ ਸਹੀ ਨਾ ਤੁਸੀਂ ਉਹਨੂੰ ਦੂਜੇ ਦੂਜੇ ਨਾਲੋਂ ਜੇ ਕਿਸੇ ਨੂੰ ਹੁਣ ਮੈਂ ਕਿਸਾਨ ਆ ਜੇ ਝੋਨੇ ਨਾਲੋਂ ਵੱਧ ਬਚਤ ਮੈਨੂੰ ਮੱਕੀ ਚ ਹੋਊਗੀ ਜਿਹੜਾ ਮੱਕੀ ਦਾ ਸਹੀ ਰੇਟ ਆ ਮੈਨੂੰ ਮਿਲੂ ਤਾਂ ਮੈਂ ਕਿਉਂ ਨਹੀਂ ਬੀਜੂ ਮੈਂ ਕਮਲਾ ਥੋੜਾ ਵਾਂ ਸੋ ਉਹ ਇਹ ਕਰਕੇ ਆਪਾਂ ਜੇ ਉੱਤੋਂ ਉੱਤੋਂ ਕਹੀ ਜਾਈਏ ਕਿ ਜੀ ਇਹਨੂੰ ਆਪਾਂ ਨੂੰ ਬਦਲ ਦੇਣਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਪਰ ਉਹਦਾ ਅਸੀਂ ਉਹਨੂੰ ਉਹਦੇ ਪੈਰਲਲ ਕੋਈ ਪ੍ਰੋਗਰਾਮ ਕੋਈ ਦੇ ਹੀ ਨਹੀਂ ਰਿਹਾ ਤੋ ਕਿਸਾਨ ਜਾਣ ਕਿੱਧਰ ਨੂੰ ਇਹ ਇਹ ਸਰਕਾਰਾਂ ਦਾ ਫੇਲੀਅਰ ਆ ਔਰ ਉਹਦੇ ਤੋਂ ਬਾਅਦ ਸਾਨੂੰ ਪ੍ਰੋਪਰ ਮੰਡੀਆਂ ਉਹਨਾਂ ਲਈ ਜਿਵੇਂ ਹੁਣ ਐਮਐਸਪੀ ਦਾ ਰੌਲਾ ਪੈ ਰਿਹਾ ਮੈਂ ਤਾਂ ਕਹਿੰਦਾ ਕਿ ਐਮਐਸਪੀ ਹਰੇਕ ਜਿਹੜੀ ਜਿਹੜੀ ਵੀ ਫਸਲ ਦੀ ਜਿਹੜੀ ਮਿੱਠੀ ਹੋਈ ਆ ਉਹ ਲਾਗੂ ਹੋਣੀ ਚਾਹੀਦੀ ਆ ਜਿੱਦਨ ਉਹ ਲਾਗੂ ਹੋਗੀ ਉਹਦੇ ਨਾਲ ਸਰਕਾਰ ਜਿਹੜਾ ਕਿਸਾਨ ਆ ਉਹ ਬਹੁਤ ਜ਼ਿਆਦਾ ਸੁਖੀ ਹੋ ਜਾਊਗਾ ਕਿ ਕਲਾਕਾਰਾਂ ਤੋਂ ਵੀ ਇਹ ਆਸ ਕਰਦੇ ਆਂ ਤੇ ਤੁਹਾਨੂੰ ਵੀ ਇਹ ਤੁਹਾਡੇ ਤੇ ਉਪਰੋਸਾ ਮੰਗਦੇ ਆਂ ਕਿ ਆਨ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ ਮਸਲਾ ਹੱਲ ਹੋ ਗਿਆ ਉਸ ਤੋਂ ਬਾਅਦ ਕਿਉਂਕਿ ਜੋ ਇੱਕ ਕਲਾਕਾਰ ਇੱਕ ਗੱਲ ਕਹਿ ਸਕਦਾ ਉਹ ਇੱਕ ਆਮ ਲੋਕ ਨਹੀਂ ਕਹਿ ਸਕਦੇ ਤਾਂ ਕਿਸਾਨਾਂ ਨੂੰ ਅਵੇਅਰ ਕਰਨ ਦੇ ਲਈ ਉਹਨਾਂ ਦੇ ਵਿੱਚ ਜਾਗਰੂਕਤਾ ਲੈ ਕੇ ਆਉਣ ਦੇ ਲਈ ਹਾਲਾਂਕਿ ਬੜੇ ਸਮਝਦਾਰ ਨੇ ਕਿਸਾਨ ਪਰ ਫਿਰ ਵੀ ਕਿਸ ਤਰੀਕੇ ਦੇ ਨਾਲ ਕੋਈ ਸਕਿੱਟ ਕੋਈ ਫਿਲਮ ਕੋਈ ਗਾਣਿਆਂ ਦੇ ਨਾਲ ਅੱਗੇ ਕਰਦੇ ਰਹੋਗੇ ਦੇਖੋ ਇਹਦੇ 'ਚ ਨਾ ਮੈਂ ਉਹੀ ਕਹੂੰਗਾ ਕਿ ਇਹਦੇ 'ਚ ਜਿਹੜੀਆਂ ਸਾਡੀਆਂ ਚੰਗੀਆਂ ਚੀਜ਼ਾਂ ਸੀਗੀਆਂ ਮੈਂ ਤਾਂ ਮੈਂ ਬਹੁਤ ਖੇਤੀ ਦੇ ਬੜਾ ਨੇੜੇ ਆ ਜਾਂ ਮੈਂ ਨੂੰ ਡੈਰੀ ਫਾਰਮਿੰਗ ਬੜੀ ਪਸੰਦ ਆ ਮੈਂ ਮੈਨੂੰ ਐਨੀਮਲਸ ਸਾਰੀ ਬਹੁਤ ਚੰਗੇ ਲੱਗਦੇ ਆ ਜਾਨਵਰ ਚੰਗੇ ਲੱਗਦੇ ਆ ਬਰਡਸ ਬਹੁਤ ਕਬੂਤਰਾਂ ਦਾ ਵੀ ਮੈਨੂੰ ਸ਼ੌਕੀਨ ਆ ਘੋੜਿਆਂ ਦਾ ਸ਼ੌਂਕੀ ਆ ਸੋ ਜਿਹੜੀਆਂ ਪ੍ਰਾਣੀਆਂ ਨਸਲਾਂ ਨੇ ਸਾਡੀਆਂ ਉਹਨਾਂ ਦਾ ਮੈਨੂੰ ਬਹੁਤ ਮੂਵ ਆਉਂਦਾ ਹਨਾ ਜਿਹੜੀਆਂ ਸਾਡੀਆਂ ਦੇਸੀ ਗਾਵਾਂ ਸੀ ਜਾਂ ਜਾਂ ਸਾਡੇ ਦੇਸੀ ਇਹ ਸਾਡੇ ਸਰਕਾਰਾਂ ਦਾ ਫੇਲਿਅਰ ਆ ਇਹਨਾਂ ਨੇ ਨਾ ਕਿਤੇ ਨਾ ਕਿਤੇ ਲਿਆ ਕੇ ਸਾਡੇ ਤੇ ਦੂਜੀਆਂ ਚੀਜ਼ਾਂ ਥੋਪ ਥੋਸ ਤਾਂ ਦਿੱਤੀਆਂ ਪਰ ਜਿਹੜੀਆਂ ਸਾਡੀਆਂ ਰਵਾਇਤੀ ਚੀਜ਼ਾਂ ਸੀ ਉਹਨਾਂ ਦੇ ਫਾਇਦੇ ਨਹੀਂ ਸਾਨੂੰ ਦੱਸੇ ਇਹ ਨਹੀਂ ਦੱਸਿਆ ਕਿ ਜਿਹੜੀ ਗਾਂ ਹੈ ਬਲੈਤੀ ਇਹ ਤਾਂ ਦੱਸਦਾ ਵੀ ਇਹ ਦੀ 40 45 ਲੀਟਰ ਦੁੱਧ ਦਿੰਦੀ ਆ ਪਰ ਜਿਹੜੀ ਦੇਸੀ ਗਾਂ ਦੇ ਜਿਹੜਾ ਉਹ ਚਾਹੇ 5 ਕਿਲੋ ਹੀ ਦਿੰਦੀ ਆ ਜਿਹੜੇ ਉਹਦੇ ਦੁੱਧ ਦੇ ਫਾਇਦੇ ਆ ਉਹ ਕੌਣ ਦੱਸੂਗਾ ਹਨਾ ਜੇ ਮੈਂ ਆਮ ਅਨਪੜ ਬੰਦਾ ਹਾਂ ਮੈਂ ਇਹਨੋਸੈਂਟ ਪਿੰਡਾਂ ਦੇ ਭੋਲੇ ਭਾਲੇ ਲੋਕ ਆ ਉਹਨੂੰ ਤੁਸੀਂ ਸਿਰਫ ਇੰਨਾ ਦੱਸ ਰਹੇ ਹੋ ਕਿ ਜੀ ਇਹਨੇ 40 ਦੇਣਾ ਇਹਨੇ 5 ਦੇਣਾ ਪਰ ਉਹਦਾ ਫਰਕ ਕੀ ਆ ਆਪਸ ਚ ਹਨਾ ਜੇ ਤੁਸੀਂ ਉਹਦੇ ਵਿੱਚ ਉਹਦੇ ਤੱਤਾਂ ਚ ਜਾਣੇ ਉਹਦੇ ਨਾਲ ਸਾਡੀਆਂ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨਾ ਹੋਰ ਅਸੀਂ ਹਰ ਬੰਦਾ ਸ਼ੂਗਰ ਦਾ ਮਰੀਜ਼ ਹੋ ਗਿਆ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜ ਜਿਹਦੇ ਤੋਂ ਇਹਨਾਂ ਨੇ ਜਾਣੂ ਨਹੀਂ ਕਰਵਾਇਆ ਜਾਂ ਸਾਡੇ ਜਿਹੜੀਆਂ ਰਵਾਇਤੀ ਚੀਜ਼ਾਂ ਸੀ ਹਨਾ ਜਿਹੜੇ ਹੋਰ ਲੋਕ ਨੇ ਉਹ ਤਾਂ ਮੁੜ ਰਹੇ ਆ ਰਵਾਇਤਾਂ ਵੱਲ ਪਰ ਇਹਨਾਂ ਨੇ ਉਸ ਚੀਜ਼ ਨੂੰ ਬਿਲਕੁਲ ਹੀ ਪ੍ਰਮੋਟ ਹੀ ਨਹੀਂ ਕੀਤਾ ਇਹ ਬਣਾਤਾ ਕਿ ਜਿਹੜੀ ਦੇਰ ਤੋਂ ਅਸੀਂ ਰਵਾਇਤੀ ਕਰ ਰਹੇ ਆ ਉਹ ਤਾਂ ਬਿਲਕੁਲ ਹੀ ਜ਼ੀਰੋ ਆ ਤੇ ਜਿਹੜਾ ਹੋਰ ਕੋਈ ਆ ਰਿਹਾ ਵੈਸਟਰਨ ਚੋਂ ਆਇਆ ਵੈਸਟਰਨ ਕਲਚਰ ਜਾਂ ਉਥੋਂ ਦੀ ਜਿਹੜੀ ਬਰੀਡ ਆ ਬਸ ਇਹੀ ਰੱਬ ਆ ਇਹਦੇ ਮਗਰੀ ਲੱਗ ਜਾ ਹਣਾ ਸੋ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਸਹੀ ਕਰਕੇ ਔਰ ਕਿਸਾਨਾਂ ਨੂੰ ਜਿਹੜੀਆਂ ਵੀ ਫਸਲਾਂ ਇਹ ਚਾਹੁੰਦੇ ਆ ਕਿ ਇਹਨੂੰ ਜੇ ਕਹਿੰਦੇ ਆ ਵੀ ਇਹਨੂੰ ਬਦਲ ਦੋ ਤਾਂ ਉਹਨੂੰ ਉਹਨੂੰ ਮਤਲਬ ਉਹਦਾ ਸਹੀ ਰੇਟ ਦੇਣਾ ਇੱਥੇ ਕੀ ਆ ਲੋਕ ਵਿਚਾਰੇ ਇੱਕ ਵਾਰੀ ਇੱਕ ਇਮੂ ਆਈ ਸੀ ਕੀ ਉਹ ਇਮੂ ਪਤਾ ਤੁਹਾਨੂੰ ਉਹ ਜਿਹੜੇ ਸ਼ਤਰਮੁਰਗ ਜੇ ਆਰਗੇ ਉਹ ਕਹਿੰਦੇ ਸੀ ਇਹਦਾ 2000 ਦਾ ਅੰਡਾ ਵਿਕਦਾ ਹਣਾ 2000 ਦਾ ਵੀ ਪਤਾ ਨਹੀਂ ਵੱਧ ਦੀ ਕਹਿੰਦੇ ਸੀ 25 ਹੈ ਐਡਾ ਉੱਚਾ 2500 ਦਾ ਵੀ ਕਹਿੰਦੇ ਸੀ ਮਨ ਲੱਗਦਾ ਵੇਖਦਾ ਪਤਾ ਨਹੀਂ ਹੈ ਹੈ ਜੀ 2 2500 ਦਾ ਉਹ ਲੋਕਾਂ ਨੇ ਲਿਆ ਲਿਆ ਕੇ ਮੇਰਾ ਖਲ ਕਮਲੇ ਹੋ ਗਏ ਸੀ ਲੋਕ ਵੀ 100 100 ਦਾ ਫਾਰਮ 2 200 ਦਾ ਫਾਰਮ ਪਾਤਾ ਆਂਡੇ ਦੇਤੇ ਉਹਨਾਂ ਨੇ ਹੁਣ ਇਹ ਨਹੀਂ ਪਤਾ ਵੀ ਉਹ ਵੇਚਣਾ ਕਿੱਥੇ ਆ ਕਿੱਥੋਂ ਮਿਲਣਾ 2000 ਰੁਪਇਆ ਸਿੱਧਾ ਹੀ ਕਹਦਾ ਵੀ 2000 ਦਾ ਵੇਚਦਾ ਹੁਣ ਉਹ ਲੋਕਾਂ ਨੇ ਨਹਿਰਾਂ ਤੇ ਲਿਆ ਲਿਆ ਛੱਡਿਆ ਮੇਰੇ ਸਾਹਮਣੇ ਉਹੀ ਤੁਰੇ ਫਿਰਦੇ ਹੁੰਦੇ ਆ ਖੇਤਾਂ 'ਚ ਲੋਕਾਂ ਦਾ ਲੱਖਾਂ ਰੁਪਇਆ ਬਰਬਾਦ ਕਰਾਤਾ ਉਹਨਾਂ ਲਿਆ ਕੇ ਅਗਲਾ ਤਾਂ ਕਹਿੰਦਾ ਜੀ 2000 ਦਾ ਵਿਕੂਗਾ ਨਾ ਤਾਂ ਸਾਡੇ ਲੋਕ ਸੋਚਦੇ ਆ ਵੀ ਇਹਦੀ ਕੋਈ ਮੰਡੀ ਹੈਗੀ ਆ ਇਹਦਾ ਕੋਈ ਮੰਡੀਕਰਨ ਹੈਗਾ ਇਹ ਬਿਕਣਾ ਕਿੱਥੇ ਆ ਹੁਣ ਮੈਂ ਐਵੇਂ ਚੱਕੀ ਫਿਰਾਂ ਵੀ ਆਂਡਾ ਜੀ ਇਹ ਇਹ ਇਮੂ ਦਾ ਇਹ 2000 ਦਾ ਤੇ ਮਿਲਣਾ ਕਿੱਥੋਂ ਆ ਤੋ ਇਹੋ ਜਿਹਾ ਕੰਮ ਨਾ ਇਹ ਜਿੰਨਾ ਚਿਰ ਸਾਡਾ ਮੰਡੀਕਰਨ ਸਹੀ ਨਹੀਂ ਹੁੰਦਾ ਇਹ ਤਾਂ ਜਿਹੜਾ ਚੱਲ ਰਿਹਾ ਉਹਨੂੰ ਵੀ ਖਤਮ ਕਰਨ ਤੇ ਆ ਕੇ ਨਵਾਂ ਦਾ ਕੀ ਬਣਾਉਣਾ ਇਹਨਾਂ ਨੇ ਹਣਾ ਤਾਂ ਉਹ ਉਸੇ ਚੀਜ਼ ਦਾ ਤਾਂ ਰੋਸ ਆ ਪਰ ਇਹ ਰੋਸ ਕੱਲੇ ਕਾਨੂੰਨਾਂ ਦਾ ਨਹੀਂ ਹੈ ਕਾਨੂੰਨ ਤਾਂ ਇਹ ਹੋ ਗਿਆ ਵੀ ਜਦੋਂ ਐਂਡ ਤੇ ਆ ਕੇ ਜਮ੍ਹਾਂ ਹੀ ਲੋਕਾਂ ਦੀ ਸੰਘੀ ਹੋਈ ਕੁੱਟਤੀ ਸਾਹ ਆਉਣਾ ਹੀ ਬੰਦ ਹੋ ਗਿਆ ਤਾਂ ਫੇਰ ਇਹ ਰੋਸ ਨਿਕਲ ਪਿਆ ਦੁਖੀ ਤਾਂ ਲੋਕ ਪਹਿਲਾਂ ਹੀ ਨੇ ਹਣਾ ਪਰ ਲੋਕਾਂ ਕੋਲੇ ਉਸ ਚੀਜ਼ ਨੂੰ ਰੋਸ ਨੂੰ ਜਿਤਾਉਣ ਲਈ ਕੋਈ ਰਾਹ ਨਹੀਂ ਦਿਖ ਰਿਹਾ ਕੋਈ ਸਾਹਮਣੇ ਨਹੀਂ ਪਰ ਮੈਨੂੰ ਲੱਗਦਾ ਹੁਣ ਲੋਕ ਲਾਮਬੰਦ ਹੋਏ ਆ ਔਰ ਜਥੇਬੰਦੀਆਂ ਵੀ ਪਹਿਲਾਂ ਨਾਲੋਂ ਜ਼ਿਆਦਾ ਲਾਮਬੰਦ ਹੋਈਆਂ ਜੇ ਆਹ ਲੜਾਈ ਜੇ ਅਸੀਂ ਜਿੱਤਾਂਗੇ ਪਰ ਮੈਂ ਫੇਰ ਇਹੀ ਕਹੂੰਗਾ ਕਿ ਬਾਕੀ ਚੀਜ਼ਾਂ ਛੱਡ ਕੇ ਸਭ ਤੋਂ ਪਹਿਲਾਂ ਹੁਣ ਆਹ ਲੜਾਈ ਜਿੱਤਣ ਦੀ ਲੋੜ ਆ ਜੇ ਇਹ ਲੜਾਈ ਜਿੱਤਾਂਗੇ ਤਾਂ ਕੋਈ ਹੋਰ ਲੜਾਈ ਲੜਨ ਜੋਗੇ ਰਾਵਾਂਗੇ ਜੇ ਇਹ ਹਾਰ ਗਏ ਤਾਂ ਸਾਰਾ ਕੁਝ ਹੀ ਖਤਮ ਆ ਜੇ ਮੈਂ ਗੱਲ ਕਰਾਂ ਇਸ ਵਕਤ ਆਪਾਂ ਗੁਰਨਾਨਕ ਦੀ ਹੱਟੀ ਯੂਨਾਈਟਿਡ ਸਿੱਖ ਤੇ ਬੈਠੇ ਆ ਅਜਿਹੀਆਂ ਹੋਰ ਵੀ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਕੰ ਇਨਾਂ ਦੀ ਭੂਮਿਕਾ ਕਿਸ ਤਰ੍ਹਾਂ ਦੇਖਦੇ ਹਾਂ ਕਿ ਇਨਾਂ ਦੀ ਭੂਮਿਕਾ ਕਿੱਦਾਂ ਰਹੀ ਹੈ ਨਹੀਂ ਬਹੁਤ ਜ਼ਿਆਦਾ ਇਨਾਂ ਦਾ ਤਾਂ ਬੜਾ ਸਹਿਯੋਗ ਆ ਇਹ ਆਪਣੀਆਂ ਬਾਹਾਂਵਾਂ ਦੇ ਉੱਤੇ ਚੱਕੀ ਖੜੇ ਆ ਇਸ ਸੰਘਰਸ਼ ਨੂੰ ਜਿੰਨੀਆਂ ਵੀ ਸੰਸਥਾਵਾਂ ਕੰਮ ਕਰ ਰਹੀਆਂ ਤੁਸੀਂ ਦੇਖੋ ਪਹਿਲੇ ਦਿਨ ਤੋਂ ਜਿੱਦਣ ਦੇ ਕਿਸਾਨ ਇੱਥੇ ਆ ਕੇ ਬੈਠੇ ਆ ਸੋ ਕਿਸੇ ਚੀਜ਼ ਦੀ ਕੋਈ ਕਮੀ ਥੋੜਾ ਰਹੀ ਆ ਜੇ ਸਾਡੀਆਂ ਮਾਵਾਂ ਬੈਠੀਆਂ ਬਜ਼ੁਰਗ ਬੈਠੇ ਆ ਸੋ ਇਹ ਤਾਂ ਗੁਰੂ ਨਾਨਕ ਦੀ ਮਿਹਰ ਆ ਇਸ ਕੌਮ ਦੇ ਉੱਤੇ ਹਨਾ ਅਸੀਂ ਤਾਂ ਕਿਸੇ ਪੱਖੋਂ ਕੋਈ ਕਮੀ ਛੱਡਦੇ ਹੀ ਨਹੀਂ ਔਰ ਜੇ ਜਿਹੜਾ ਦਸਵੰਦ ਬਾਬੇ ਨਾਨਕ ਨੇ ਤੋਰਿਆ ਨਾ ਕਿ ਦਸਵੰਦ ਕੱਢਣਾ ਬਸ ਉਹਦੇ ਵਿੱਚ ਹੀ ਆ ਸਾਰਾ ਕੁਝ ਹਨਾ ਤੋ ਉਹਦੇ ਨਾਲ ਇਹਨਾਂ ਸੰਸਥਾਵਾਂ ਦਾ ਤਾਂ ਬਹੁਤ ਵੱਡਾ ਸਹਿਯੋਗ ਆ ਮੈਂ ਸਾਰਿਆਂ ਦਾ ਹੀ ਬਹੁਤ ਧੰਨਵਾਦੀ ਆ ਔਰ ਬਸ ਇਹੀ ਆ ਕਿ ਹੁਣ ਤਾਂ ਪ੍ਰਮਾਤਮਾ ਇਹਨਾਂ ਦੇ ਸਰਕਾਰ ਦੇ ਮਨ ਮਿਹਰ ਪਾਵੇ ਜਿਹੜੇ ਸਾਡੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਦਨ ਬਦਨ ਇਹਨਾਂ ਨੇ ਹੁਣ ਆਪਣੀਆਂ ਚਾਲਾਂ ਚੂਲਾਂ ਜਿਹੜੀਆਂ ਚਲਣੀਆਂ ਸੀ ਉਹ ਚੱਲ ਕੇ ਦੇਖ ਲਈਆਂ ਤੋਂ ਹਲੇ ਵੀ ਮੈਂ ਇਹੀ ਕਹੂੰਗਾ ਕਿ ਇਹ ਲੋਕਾਂ ਦੀ ਚੁਣੀ ਹੋਈ ਸਰਕਾਰ ਆ ਆਹੀ ਲੋਕ ਜਿਨ੍ਹਾਂ ਦੇ ਤੁਸੀਂ ਡੰਡੇ ਮਾਰਦੇ ਹੋ ਜਿਨ੍ਹਾਂ ਦੇ ਕਦੇ ਪਥਰਾ ਕਰਾਉਣਾ ਚਾਹੁੰਦੇ ਹੋ ਹਨਾ ਜਿਨ੍ਹਾਂ ਨੂੰ ਤੁਸੀਂ ਉਹ ਜਿਹੜੇ ਭਾਈਚਾਰੇ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਇਹ ਲੋਕ ਤੁਹਾਨੂੰ ਤਖਤ ਤੇ ਬਿਠਾਉਣ ਵਾਲੇ ਆ ਸੋ ਇਸ ਕਰਕੇ ਇਹਨਾਂ ਦੀ ਗੱਲ ਸੁਣੋ ਦਿਲ ਵੱਡਾ ਕਰੋ ਔਰ ਈਗੋ ਛੱਡੋ ਇਹਨਾਂ ਨੂੰ ਗੱਲ ਨਾਲ ਲਾਓ ਔਰ ਜਿਹੜੀ ਚੀਜ਼ ਜਿਹੜੇ ਕਾਨੂੰਨ ਇਹਨਾਂ ਨੂੰ ਨਹੀਂ ਚਾਹੀਦੇ ਉਹਨਾਂ ਨੂੰ ਰੱਦ ਕਰੋ ਕਿਉਂ ਐਵੇਂ ਇੰਨੀ ਦੇਰ ਤੋਂ ਲੋਕਾਂ ਨੂੰ ਦੁਖੀ ਕਰ ਰਹੇ ਹੋ ਬਿਨਾ ਮਤਲਬ ਤੋਂ ਸੋ ਜੋ ਗਾਣੇ ਦੀ ਮੈਂ ਗੱਲ ਕੀਤੀ ਸੀ ਸ਼ੁਰੂਆਤ ਦੇ ਵਿੱਚ ਕੀ ਖੀਰ ਦੇ ਵਿੱਚ ਸੁਣਾਗੇ ਜਿਹੜਾ ਸਟੇਜ ਤੇ ਦੋ ਗਾਣੇ ਤੁਨੇ ਉੱਚੇ ਚੇ ਤੌਰ ਤੇ ਉਤੇ ਸੁناਏ ਨੇ ਉਹ ਦੋਨੋਂ ਗਾਣੇ ਸਾਡੇ ਸਰੋਤਿਆਂ ਨੂੰ ਵੀ ਜ਼ਰੂਰ ਸੁਣਾ ਦਿਓ ਜੀ ਉਹ ਚੜ ਗਈ ਆ ਹਾਂਜੀ ਉਹ ਤਾਂ ਆ ਵੀ ਬਹੁਤ ਵਧੀਆ ਆ ਆ ਬਾਈ ਬਹੁਤ ਵਧੀਆ ਗਾਉਂਦਾ ਸੀ ਮੂਰੇ ਘੜਾ ਹੈ ਨਾ ਮੇਰੇ ਤੋਂ ਤੁਸੀਂ ਸੁਣਦੇ ਹੀ ਰਹਿੰਦੇ ਹੋ ਇਹਨੇ ਹੁਣੀ ਯਾਦ ਕਰ ਲਿਆ ਪਤੰਦਰ ਦੇ ਨਾਲ ਦੀ ਨਾਲ ਹੀ ਕਿਹੜਾ ਤੁਹਾਡਾ ਏਰੀਆ ਕਿਹੜਾ ਵਾ ਹਜੀ ਮੇਰਾ ਅਮਰੋ ਯੂਪੀ ਤੋਂ ਅਮਰੋਹਾ ਜ਼ਿਲ੍ਹਾ ਪਿੰਡ ਕੋਰਾਲਾ ਨਾਮ ਅਮਰਜੀਤ ਦੇਵਾਲ ਮੈਨੂੰ ਬਚਪਨ ਤੋਂ ਹੀ ਗਾਣ ਦਾ ਬਹੁਤ ਸ਼ੌਕ ਸੀ ਪਰ ਅੱਗੇ ਵਧਾਉਣ ਵਾਲਾ ਕੋਈ ਨਹੀਂ ਮਿਲਿਆ ਸੀ ਥੋੜੇ ਬੰਦੇ ਹੁੰਦੇ ਆ ਜਿਹੜੇ ਜਦੋਂ ਤੁਸੀਂ ਜਦੋਂ ਤੁਸੀਂ ਸਟੇਜ ਤੇ ਹੁੰਦੇ ਹੋ ਨਾ ਇਕੱਠ ਤਾਂ ਮੂਰੇ ਚਾਹੇ ਲੱਖਾਂ ਲੋਕ ਬੈਠੇ ਹੋਣ ਹਜ਼ਾਰਾਂ ਬੈਠੇ ਹੋਣ ਪਰ ਥੋੜੇ ਬੰਦੇ ਹੁੰਦੇ ਆ ਜਿਹੜਾ ਥੋੜਾ ਧਿਆਨ ਖਿੱਚਦੇ ਆ ਨਾ ਤਾਂ ਇਹ ਬਾਈ ਉਹਨਾਂ ਚੋਂ ਆਏ ਨੇ ਇਹਨੇ ਪੂਰਾ ਧਿਆਨ ਖਿੱਚਿਆ ਔਰ ਪੂਰਾ ਬਾਹਾਂ ਖੋਲ ਕੇ ਗਾਇਆ ਔਰ ਮੈਨੂੰ ਲੱਗਦਾ ਉਦੋਂ ਬਾਅਦ ਯਾਦ ਵੀ ਕਰਾਤਾ ਯਾਦ ਵੀ ਹੋ ਗਿਆ ਇੱਕ ਵਾਰੀ ਤਾਂ ਸੁਣਾਤਾ ਮੈਨੂੰ ਪਹਿਲਾਂ ਹੁਣ ਹੁਣ ਮੈਂ ਚਾਹੁੰਦਾ ਸਾਰਿਆਂ ਨੂੰ ਇੱਕ ਵਾਰੀ ਸੁਣਾ ਦਈਏ ਉਹ ਹੀ ਟਕੈਤ ਮੋਰ ਚੇਚ ਜਾਨ ਪਾਗੇ ਅਖ ਰੂਟ ਕੈਤ ਦੇ ਮੋਰ ਚੇਚ ਜਾਨ ਪਾਗੇ ਅਖ ਰੂਟ ਕੈਤ ਦੇ ਚੜ ਗਈਏ ਪੇਰ ਗੱਡੀ ਉਸੇ ਹੀ ਤਰੈਕ ਤੇ ਚੜ ਗਈਏ ਪੇਰ ਗੱਡੀ ਉਸੇ ਹੀ ਡਰੈਕ ਤੇ ਮੋਰ ਚੇਚ ਜਾਨ ਪਾਗੇ ਅਤ ਰੂਟ ਕੈ ਤੁਦੇ ਉਹ ਫਿਰਦੇ ਸੀ ਸਾਨੂੰ ਜਿਹੜੇ ਪਾੜ ਕੇ ਲੜਾਉਣ ਨੂੰ ਉਹ ਬਿਨਾ ਬਿਲ ਰੱਦ ਕੀਤੇ ਓਏ ਮੋਰ ਚਾਮਕੋਣ ਨੂੰ ਓਏ ਜਾਗ ਪਏ ਨੇ ਲੋਕ ਵੇਦ ਖੁੱਲ ਗਏ ਦਰੈਤ ਦੇ ਮੋਰ ਚੇਚ ਜਾਨ ਪਾਗੇ ਅਥਰੂਟ ਕੈਤ ਦੇ ਮੋਰ ਚੇਚ ਜਾਨ ਪਾਗੇ ਅਥਰੂਟ ਕੈਤ ਦੇ ਉਹ ਚੜ ਗਈ ਆ ਫੇਰ ਗੱਡੀ ਉਹ ਸੇ ਹੀਟ ਰੈਕ ਤੇ థాంక్యూ రవీందర్ గరేవాల్ ਜਿੰਨਾ ਬੋਲਾਂ ਇੱਥੇ ਗਾਜ਼ੀਪੁਰ ਬਾਰਡਰ ਤੇ ਪਹੁੰਚ ਕੇ ਰਕੇਸ਼ ਤਕੈਤ ਹੋਰਾਂ ਦਾ ਸਨਮਾਨ ਕੀਤਾ ਗਿਆ ਤੇ ਇਹ ਗਾਣਾ ਵੀ ਜਿਹੜਾ ਉਹਨਾਂ ਨੂੰ ਗਾ ਕੇ ਸੁਣਾਇਆ ਗਿਆ ਲੋਕਾਂ ਨੂੰ ਸੁਣਾਇਆ ਗਿਆ ਤੇ ਜਿਹੜਾ ਇੱਕ ਮਾਹੌਲ ਨੂੰ ਚੰਗੀ ਤਰੀਕੇ ਦੇ ਨਾਲ ਖੁਸ਼ਮਈ ਕਰਕੇ ਸਿਰਜਿਆ ਗਿਆ ਸੋ ਤੁਸੀਂ ਦੇਖ ਰਹੇ ਸੀ ਰੋਜ਼ਾਨਾ ਸਪੋਕਸਮੈਨ ਕੈਮਰੇ ਦੇ ਪਿੱਛੇ ਮੇਰਾ ਸਾਥ ਦਿੱਤਾ ਮੇਰੇ ਸਹਿਯੋਗੀ ਜਸਦੀ ਨੇ ਮੈ ਸ਼ਸ਼ਵਨਾਗਰ ਗਾਜ਼ੀਪੁਰ ਬਾਰਡਰ